सारा समान मच गया। वीरे मैंने मसा बनाया सी घर के पोचे ला ला के, मैनू कल तक मेरी छुट्टी दिती हैगी भी तू घरे रह, मैं कल भी कम करके फिर आपके घर आई सी। ਕਿਸ਼ਤਾਂ ਤੇ ਲਿਆ ਸੀ ਬਈ ਸਮਾਨ? ਹਾਂਜੀ ਸਾਰਾ ਸਮਾਨ ਕਿਸ਼ਤਾਂ ਤੇ ਲਿਆ ਸੀ। ਹੁਣ ਕੀ ਮੰਗ ਕਰਦੇ? ਅਸੀਂ ਇਹੀ ਮੰਗ ਕਰਦੇ ਵੀ ਜਿੰਨਾ ਵੀ ਹੋ ਸਕੇ ਸਰਕਾਰ ਤੋਂ ਸਾਡੀ ਮਦਦ ਸਹਾਇਤਾ ਕਰੇ। 1.5 ਲੱਖ ਦਾ ਨਿਸ਼ਕਾਰ ਹੋ ਗਿਆ ਜੀ। ਕੀ ਕੁਛ ਮੰਗ? ਮੇਰੇ ਗਹਿਣੇ ਵੀ, ਮੇਰੇ ਬੱਚਿਆਂ ਦੇ ਕੱਪੜੇ ਜੀ, ਜੁੱਤੇ ਜੋੜੇ, ਨਮਾਰੀ, ਕੂਲਰ, ਨਮੈਟ ਨੂੰ ਅੱਗ ਲੱਗ ਗਈ ਸਾਰੇ ਨੂੰ ਜੀ, ਐਲਡੀ ਸਾਰਾ ਸਮਾਨ ਮੱਚ ਗਿਆ, ਕੁਛ ਨਹੀਂ ਹੈਗਾ ਜੀ ਮੇਰੇ ਘਰ 'ਚ ਹੁਣ ਅੰਦਰ। लख नुकसान हो गया, एलसीडी मच गई वीरे, नमारी मच गई, इनवर्टर मच गया, ਤੇ ਕੂਲਰ ਨੂੰ ਅੱਗ ਲੱਗ ਗਈ ਦੀ ਵੀਰੇ, ਪੱਖੇ ਨੂੰ ਲੱਗ ਗਈ ਦੀ, ਬੰਦ ਪੱਖੇ। ਹੁਣ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੋ ਵੀ ਸਾਨੂੰ ਸਹਾਰਾ, ਜੋ ਵੀ ਕੁਛ ਵੀ ਸਾਡਾ ਹੱਲ ਕੀਤਾ। ਕੀ ਨਾਮ ਹੈ? ਪ੍ਰਗਟ ਸਿੰਘ ਵੀਰੇ। ਪ੍ਰਗਟ ਸਿੰਘ, ਇਹ ਹਾਦਸਾ ਕਿੱਥੇ ਹੋਇਆ, ਕਿੰਨਾ ਕੁ ਨੁਕਸਾਨ ਹੋਇਆ? ਇਹ ਵਾਰਡ ਨੰਬਰ 15 'ਚ ਹੋਇਆ ਵੀਰੇ, ਅਤੇ ਅਸੀਂ 10 ਮਿੰਟ ਸਿਰਫ, ਮੇਰੇ ਨਾਲ ਮੇਰੀ ਘਰ ਵਾਲੀ ਬਿਮਾਰ ਸੀ, ਬਸ 10 ਮਿੰਟ ਬਾਹਰੇ ਗਏ, 10 ਮਿੰਟਾਂ 'ਚ ਅੱਗ ਲੱਗ ਗਈ। ਅਤੇ ਅੱਗ ਲੱਗਣ ਤੋਂ ਬਾਅਦ ਨਮਾਰੀ ਮੱਚ ਗਈ, ਇਨਵੈਟਰ ਮੱਚ ਗਿਆ, ਐਲਸੀਡੀ ਮੱਚ ਗਈ, ਜਵਾਕਾਂ ਦੇ ਕੱਪੜੇ ਮੱਚ ਗਏ, ਅਸੀਂ ਆ ਕੇ ਅੱਗ ਬੁਝਾਈ, ਪੱਖੇ ਮੱਚ ਗਏ ਵੀਰੇ, 1.5 ਲੱਖ ਦਾ ਨੁਕਸਾਨ ਹੈਗਾ। ਕੀ ਮੰਗ ਕਰਦੇ? ਅਸੀਂ ਮੰਗ ਇਹ ਕਰਦੇ ਹਾਂ ਸਰਕਾਰ ਤੋਂ ਵੀ ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ। ਕੀ ਨਾਮ ਹੈ ਇਹਦਾ, ਪੂਰਾ ਨਾਮ ਕੀ? ਸੰਦੀਪ ਸਿੰਘ। ਇਹ ਜੀ ਸੰਦੀਪ ਸਿੰਘ, ਸਨ ਆਫ ਸੁਖਦੇਵ ਸਿੰਘ, ਵਾਰਡ ਨੰਬਰ 15 ਲਹਿਰਾ। ਇਹ ਸਿਵਲ ਹਸਪਤਾਲ 'ਚ ਇੱਥੇ ਦਵਾਈ ਦਵਾਉਣ ਗਏ ਸੀਗੇ ਜੀ ਆਪਦੀ ਭੂਆ ਦੀ ਨੂੰਹ ਨੂੰ ਜੀ, ਅਤੇ ਇਹਨਾਂ ਨੂੰ ਜਦੋਂ ਪਤਾ ਲੱਗਿਆ ਆਉਂਦਿਆਂ ਨੂੰ ਵੀ ਅੱਗ ਲੱਗੀ ਪਈ ਹੈ ਜੀ, ਆਉਂਦਿਆਂ ਨੂੰ ਇਹਨਾਂ ਨੂੰ ਪਤਾ ਲੱਗਿਆ ਗਾ, ਉਦੋਂ ਬਾਅਦ ਆਂਢ ਗੁਆਂਢ ਨੇ ਹੋਰ ਇਕੱਠਿਆਂ ਨੇ ਹੋ ਕੇ ਅੱਗ ਬੁਝਾਈ ਹੈ ਜੀ, ਅਤੇ ਇਹਨਾਂ ਦਾ ਅੱਗ ਦਾ ਨੁਕਸਾਨ ਤਕਰੀਬਨ ਹੈਗਾ ਗਾ 1 ਲੱਖ ਰੁਪਈਏ ਦਾ ਨੁਕਸਾਨ ਹੈਗਾ ਜੀ। ਐੱਲ ਸੀ ਡੀ ਆ ਗਈ, ਹੋਰ ਘਰੇਲੂ ਸਮਾਨ ਆ ਜੀ, ਬਿਜਲੀ ਦੀ ਉਹ ਆ, ਸ਼ਾਰਟ ਸਰਕਟ ਨਾਲ ਹੀ ਅੱਗ ਲੱਗੀ ਹੈ ਜੀ ਇਹ, ਅਤੇ ਕਿਸੇ 'ਤੇ ਕੋਈ ਇਹਨਾਂ ਨੂੰ ਕੋਈ ਗਿਲਾ ਸਿਕਵਾ ਜਾਂ ਸ਼ੱਕ ਨਹੀਂ ਹੈ।